ਅਕਾਲ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਦੀ ਮੁਲਾਕਾਤ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਜੀ ਨਾਲ ਕਰਵਾ ਰਹੇ ਹਾਂ, ਜੋ ਕਿ ਢੱਡਿਆਂ ਵਾਲੇ ਮਹਾਂਪੁਰਖਾਂ 'ਤੇ ਕੋਈ ਸਿੰਘ ਇਲਜ਼ਾਮ ਲਗਾ ਰਿਹਾ ਹੈ ਕਿ ਉਹ ਕਰੈਕਟਰਲੈਸ ਨੇ, ਉਹਨਾਂ ਨੇ ਮੇਰੇ ਬਾਲ ਕਟਵਾਏ ਨੇ। ਉਸ ਬਾਰੇ ਅਸੀਂ ਸਿੰਘ ਸਾਹਿਬ ਜੀ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੀਆਂ ਬਹੁਤ ਸਾਰੀਆਂ ਏਜੰਸੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਬੰਦੇ ਨੂੰ ਖਰੀਦ ਕੇ ਗੁਰਮਤ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿੱਚ ਵਾਧਾ ਖੜਾ ਕਰਦੀਆਂ ਨੇ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਆਲ ਵਰਲਡ ਦੇ ਵਿੱਚ ਬਹੁਤ ਹੀ ਸਤਿਕਾਰਤ ਨੇ, ਔਰ ਸੰਗਤਾਂ ਉਹਨਾਂ ਦੇ ਦੀਵਾਨ ਸੁਣਨ ਵਾਸਤੇ, ਬਾਣੀ ਸਰਵਣ ਕਰਨ ਵਾਸਤੇ ਕਈ ਕਈ ਕੋਹਾਂ ਤੋਂ ਚੱਲ ਕੇ ਪਹੁੰਚਦੇ ਨੇ। ਦਾਸ ਵੀ ਕਈ ਦੀਵਾਨਾਂ ਵਿੱਚ ਉਹਨਾਂ ਦੇ ਪਾਸ, ਉਹਨਾਂ ਦੇ ਨਾਲ ਦੀਵਾਨਾਂ ਦੀ ਸਾਂਝ ਕੀਤੀ ਹੈ, ਉਹਨਾਂ ਦੇ ਅਸਥਾਨ 'ਤੇ ਵੀ ਗਿਆ ਹਾਂ, ਔਰ ਐਸੀ ਕੋਈ ਵੀ ਨਜ਼ਰ ਉਹਨਾਂ ਦੇ ਵਿੱਚ ਗੱਲ ਨਹੀਂ ਆਉਂਦੀ, ਕਿਉਂਕਿ ਜੇ ਕੋਈ ਐਸੀ ਗੱਲ ਸੀ ਤਾਂ ਉਹਨੂੰ ਪਹਿਲਾਂ ਸੰਗਤਾਂ ਦੇ ਸਾਹਮਣੇ ਲਿਆਉਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹਦੀ ਸ਼ਿਕਾਇਤ ਕਰਨੀ ਚਾਹੀਦੀ ਸੀ। ਅਕਾਲ ਤਖਤ ਸਾਹਿਬ ਉਹਦੀ ਪੜਤਾਲ ਕਰਕੇ ਜੋ ਵੀ ਮਰਿਆਦਾ ਦੇ ਅਨੁਸਾਰ ਉਹ ਗੱਲ ਕਰਦੇ, ਪਰ ਇਹਨਾਂ ਨੇ ਸਿੱਖੀ ਨੂੰ ਬਦਨਾਮ ਕਰਨ ਵਾਸਤੇ, ਸੰਤਾਂ ਨੂੰ ਬਦਨਾਮ ਕਰਨ ਵਾਸਤੇ ਐਸਾ ਕੀਤਾ ਹੈ। ਇਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ। ਇਸ ਕਰਕੇ ਜੋ ਪਹਿਲਾਂ ਇੰਨੇ ਸਮੇਂ ਤੋਂ ਉਹਨਾਂ ਦੇ ਨਾਲ ਰਿਹਾ ਹੈ, ਉਦੋਂ ਸੰਤ ਚੰਗੇ ਸੀ, ਹੁਣ ਉਹ ਸੰਤ ਮਾੜੇ ਹੋ ਗਏ। ਇਸ ਕਰਕੇ ਗੱਲ ਬਿਲਕੁਲ ਸਪਸ਼ਟ ਹੈ ਕਿ ਇਸੇ ਕਿਸੇ ਦੇ ਕਹੇ ਕਹਾਏ, ਕਿਸੇ ਦੇ ਖਰੀਦੇ ਹੋਏ ਗੱਲ ਕਰ ਰਹੇ ਨੇ। ਸੰਤਾਂ ਦੇ ਵਿੱਚ ਐਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਜ਼ਰ ਨਹੀਂ ਆਈ ਅਜੇ ਤੱਕ। ਜੇ ਕੋਈ ਉਹਦੇ ਕੋਲ ਸਬੂਤ ਹੈ ਤਾਂ ਸਬੂਤ ਸਾਹਮਣੇ ਪੇਸ਼ ਕਰੇ, ਜੇ ਉਹਦੇ ਕੋਲ ਸਬੂਤ ਨਹੀਂ ਤਾਂ ਉਦੋਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਆਪ ਸੰਗਤਾਂ ਨੂੰ, ਬਾਹਰਲੀਆਂ ਸੰਗਤਾਂ ਨੂੰ ਵੀ ਕੀ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਜੀ? ਸੰਗਤਾਂ ਨੂੰ ਇਹੀ ਮੈਂ ਕਹਿਣਾ ਚਾਹਾਂਗਾ ਕਿ ਕਿਸੇ ਤਰ੍ਹਾਂ ਵੀ ਸੰਗਤਾਂ ਗੁੰਮਰਾਹ ਨਾ ਹੋਣ। ਜੋ ਸੰਤਾਂ ਦੇ ਉੱਤੇ ਇਲਜ਼ਾਮ ਲਗਾ ਰਿਹਾ, ਉਹਨਾਂ ਨੂੰ ਕਹੋ ਵੀ ਉਹ ਆਪਣੇ ਸਬੂਤ ਦੇਣ। ਜੇ ਉਹ ਸਬੂਤ ਦਿੰਦਾ ਹੈ, ਫਿਰ ਸੰਗਤਾਂ ਦੇ ਉੱਤੇ ਜੋ ਵੀ ਕਾਰਵਾਈ ਕੀਤੀ ਜਾ ਸਕਦੀ, ਵੱਧ ਤੋਂ ਵੱਧ ਕੀਤੀ ਜਾਵੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।